और पंजाब में नौजवानों को नशे से दूर करने और खेलों को प्रोत्साहित करने के उद्देश्य से मोगा पुलिस ने कबड्डी टूर्नामेंट का आयोजन किया, जिसमें फरीदकोट आईजी गुरु शरण सिंह संधु शामिल हुए। इस मौके पर मोगा के एसएसपी विवेक श्री सोनी और डिप्टी कमिश्नर कुलवंत मौजूद रहे, जिन्होंने खिलाड़ियों को उत्साहित किया। इस टूर्नामेंट में खास बात यह रही कि पुलिस की टीम ने भी इसमें हिस्सा लिया। फ्रेंडली टूर्नामेंट में विजेता टीमों को पहला पुरस्कार 15,000, दूसरा 11,000 और तीसरा पुरस्कार 5,000 रुपये के तौर पर दिए गए। ਪੰਜਾਬ ਦੀ ਪਰ ਉਹਦਾ ਮਤਲਬ ਇਹ ਨਹੀਂ ਕਿ ਹਰ ਨੌਜਵਾਨ ਹੀ ਨਸ਼ਾ ਕਰਦਾ। ਸੋ ਜੇ ਤੁਸੀਂ ਕਹਿੰਦੇ ਵੀ ਪੰਜਾਬ ਨਸ਼ਿਆਂ ਨਾਲ ਜਾਣਿਆ ਜਾਂਦਾ, ਜਾਣਿਆ ਜਾਣਾ ਨਹੀਂ ਚਾਹੀਦਾ। ਇਹ ਇੱਕ ਪ੍ਰੋਬਲਮ ਆ ਜਿਹੜੀ ਕਿ ਇਹਦੇ ਬਾਰੇ ਹੱਲ ਬਾਰੇ ਸੋਚਣਾ ਚਾਹੀਦਾ, ਔਰ ਗੇਮਾਂ ਬਹੁਤ ਵੱਡਾ ਹੱਲ ਆ। ਪਰ ਹਰ ਇੱਕ ਮੁੰਡੇ ਨੂੰ, ਅੱਜ ਦੇ ਯੂਥ ਨੂੰ ਜਾਂ ਕੁੜੀ ਨੂੰ ਨਸ਼ਿਆਂ ਦੇ ਵਿੱਚ ਬਲੇਮ ਕਰਨਾ ਵੀ ਬਹੁਤ ਗਲਤ ਗੱਲ ਆ, ਕਿਉਂਕਿ ਬਹੁਤ ਇਹੋ ਜਿਹੇ ਮੁੰਡੇ ਵੀ ਪੰਜਾਬ 'ਚ ਨੇ ਜਿਹੜੇ ਬਹੁਤ ਮਿਹਨਤ ਕਰ ਰਹੇ ਨੇ, ਜਿਹੜੇ ਆਪਦਾ ਪਰਿਵਾਰ ਪਾਲ ਰਹੇ ਨੇ, ਬਾਹਰ ਜਾ ਕੇ ਵੀ ਪਰਿਵਾਰ ਪਾਲ ਰਹੇ ਨੇ। ਸੋ ਕੁਛ ਕੁ ਚੀਜ਼ਾਂ, ਹਰ ਐਲੀਮੈਂਟ, ਇਹੋ ਜਿਹੇ ਐਲੀਮੈਂਟ ਹਰ ਕਮਿਊਨਿਟੀ 'ਚ ਹੁੰਦੇ ਆ ਜੀ। ਬੜਾ ਵਧੀਆ ਉਪਰਾਲਾ ਆ। ਨਸ਼ਿਆਂ ਦਾ ਚੈਲੇਂਜ ਪੰਜਾਬ ਦੇ ਵਿੱਚ ਬਹੁਤ ਵੱਡਾ ਚੈਲੇਂਜ ਰਿਹਾ ਆ। ਪੰਜਾਬ ਪੁਲਿਸ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ਼ ਜਹਾਦ ਦੇ ਵਿੱਚ ਹਰ ਤਰ੍ਹਾਂ ਨਾਲ ਵੱਧ ਚੜ੍ਹ ਕੇ ਹਿੱਸਾ ਲੈਂਦੀ ਰਹੀ ਆ, ਔਰ ਹੁਣ ਪਿਛਲੇ ਕੋਈ 15 ਕੁ ਦਿਨਾਂ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਔਰ ਸਿਲਸਿਲਾ ਜਾਰੀ ਹੈਗਾ ਆ। ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਔਰ ਕਬੱਡੀ ਦਾ ਮੈਚ ਕਰਵਾਇਆ ਜਾ ਰਿਹਾ ਆ। ਇਸ ਤੋਂ ਪਹਿਲਾਂ ਵਾਕ ਐਂਡ ਰਨ, ਮੈਰਾਥਨਸ, ਹੋਰ ਬਹੁਤ ਸਾਰੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਗਏ ਹਨ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ। ਲਗਾਤਾਰ ਇਹ ਪੰਜਾਬ ਸਰਕਾਰ, ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਇਹ ਸਾਰੇ ਪ੍ਰੋਗਰਾਮ ਚਲਾਏ ਜਾ ਰਹੇ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਲਾਏ ਜਾਣਗੇ। ਕਿ ਜੋ ਨਸ਼ਿਆਂ ਨੂੰ ਖਾਤਮੇ ਦਾ ਇੱਕ ਜਿਹੜਾ ਪਹਿਲਕਦਮੀ ਕੀਤੀ ਆ, ਉਹ ਪਿੰਡ ਘੱਲ ਕਲਾਂ ਦੀ ਧਰਤੀ ਤੋਂ ਆਗਾਜ਼ ਹੋਇਆ ਔਰ ਅਸੀਂ ਇਸ ਦੇ ਵਿੱਚ ਸਮੂਹ ਨਗਰ ਦੇ ਸਹਿਯੋਗ ਨਾਲ ਵੱਧ ਚੜ੍ਹ ਕੇ ਹਿੱਸਾ ਪਾਇਆ। ਪ੍ਰਸ਼ਾਸਨ ਦੇ ਸਹਿਯੋਗ ਨਾਲ, ਜਿੰਨਾ ਵੀ ਪ੍ਰਸ਼ਾਸਨ ਸਾਨੂੰ ਸਹਿਯੋਗ ਮੰਗਿਆ ਅਸੀਂ ਦਿੱਤਾ ਔਰ